ਕੰਮ ਕੀਤਾ ਇਲੈਕਸ਼ਨ 'ਚ ਇਹਨਾਂ ਨੇ ਸਾਡੇ ਨੂੰ ਘਰ ਘਰ ਜਾ ਕੇ ਵੋਟਾਂ ਸਾਰਿਆਂ ਦਾ ਬਹੁਤ ਧੰਨਵਾਦ ਜੀ ਦੀਪਕ ਯਾਦਵ ਜੀ ਹਾਂਜੀ ਇਹ ਰਾਜ ਕੁਮਾਰ ਜੀ ਇਹਨਾਂ ਨੇ ਵੀ ਦਿਨ ਰਾਤ ਕੀਤਾ ਫਿਕਰ ਨਾ ਕਰੋ ਆਪਾਂ ਇਹ ਮਸਲਾ ਹੱਲ ਕਰਾਉਣਾ ਹੈ ਲਓ ਜੀ ਚਰਨਜੀਤ ਚੰਨੀ ਵੱਲੋਂ ਜਿਹੜੀ ਜਿੱਤ ਹੋਊਗੀ ਤੇ ਸਾਡਾ ਜਿਹੜਾ ਕੰਮ ਕੀਤਾ ਜਾਏਗਾ ਲੇਕਿਨ ਹੁਣ ਜਿਹੜੇ ਮੰਡੇ ਵਾਸੀ ਬਿਲਕੁਲ ਆਏ ਆ ਹੁਣ ਗਲੀਆਂ ਹਰ ਸ਼ਿਵਾਜੀ ਨਗਰ ਦੇ ਵਿੱਚ ਮੈਂ ਖੜਾ ਅਤੇ ਇੱਥੋਂ ਦੇ ਲੋਕ ਇਕੱਠੇ ਹੋਏ ਵੇ ਅੱਜ ਸਵੇਰੇ ਵੀ ਇਹਨਾਂ ਨੇ ਪ੍ਰੋਟੈਸਟ ਕੀਤਾ ਅਤੇ ਤੁਸੀਂ ਦੇਖੋ ਕਿ ਪਾਣੀ ਇੱਥੇ ਕਿਸ ਤਰੀਕੇ ਦੇ ਨਾਲ ਗੰਦਾ ਚੱਲ ਰਿਹਾ ਗਲੀਆਂ ਭਰੀਆਂ ਹੋਈਆਂ ਅਤੇ ਪੀਣ ਵਾਲਾ ਪਾਣੀ ਵੀ ਹੈ ਜਿਹੜਾ ਉਹ ਗੰਦਾ ਆਉਂਦਾ ਅਤੇ ਸੜਕਾਂ ਦਾ ਬੁਰਾ ਹਾਲ ਹੈ ਮੈਂ ਹੁਣੇ ਕਮਿਸ਼ਨ ਨਾਲ ਗੱਲ ਕੀਤੀ ਹੈ ਕਿ ਜਾਂ ਤਾਂ ਦੋ ਦਿਨਾਂ ਦੇ ਵਿੱਚ ਇੱਥੇ ਯੋਗ ਪ੍ਰਬੰਧ ਕਰਨੇ ਸ਼ੁਰੂ ਕਰੋ ਨਹੀਂ ਮੈਨੂੰ ਆਪ ਆ ਕੇ ਇੱਥੇ ਗਲੀਆਂ ਦੇ ਵਿੱਚ ਬੈਠਣਾ ਪਏਗਾ ਅਤੇ ਲੋਕਾਂ ਦੇ ਨਾਲ ਪ੍ਰੋਟੈਸਟ ਕਰਕੇ ਤੁਹਾਨੂੰ ਮਜਬੂਰ ਕਰਨਾ ਪਏਗਾ 2 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ 1.5 ਸਾਲ ਤੋਂ ਕਾਰਪੋਰੇਸ਼ਨ ਇੱਥੇ ਉਹਦੀ ਮਿਆਦ ਖਤਮ ਹੋ ਚੁੱਕੀ ਦੁਬਾਰੇ ਇਲੈਕਸ਼ਨ ਨਹੀਂ ਕਰਾਏ ਗਏ ਕੋਈ ਬਾਲੀ ਵਾਰਸ ਨਹੀਂ ਹੈ ਲੇਕਿਨ ਮੈਂ ਇਸ ਇਲਾਕੇ ਨੂੰ ਇਸ ਤਰ੍ਹਾਂ ਖਰਾਬ ਨਹੀਂ ਹੋਣ ਦੇਣਾ ਮੈਂ ਆਪ ਆ ਕੇ ਇਸਦਾ ਵਿੱਚ ਰਹਿ ਕੇ ਕੰਮ ਠੀਕ ਕਰਨਾ ਅਤੇ ਜਾਂ ਤਾਂ ਹੁਣ ਸਰਕਾਰ ਇਹਨੂੰ ਠੀਕ ਕਰਨਾ ਸ਼ੁਰੂ ਕਰ ਦੇਗੀ ਜਾਂ ਫਿਰ ਮੈਨੂੰ ਇੱਥੇ ਆ ਕੇ ਕਾਰਵਾਈ ਪਾਉਣੀ ਪਏਗੀ ਬਹੁਤ ਧੰਨਵਾਦ ਆ ਦੇਖੋ 2 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜੀ ਅਤੇ ਤੁਸੀਂ ਇਹ ਦੇਖੋ ਕਿ ਆਹ ਪਾਣੀ ਕਿਸ ਤਰ੍ਹਾਂ ਸ਼ਹਿਰ ਦੇ ਵਿੱਚ ਗਲੀਆਂ ਦੇ ਵਿੱਚ ਚੱਲ ਰਿਹਾ ਸੀਵਰੇਜ ਬੰਦ ਹੈ ਇਹ ਬਸਤੀ ਦਾਰਿਸ਼ਮੰਦਾ ਹੈ ਸ਼ਿਵਾਜੀ ਨਗਰ ਹੈ ਜਿੱਥੇ ਜਲੰਧਰ ਦਾ ਬੈਸਟ ਹਲਕੇ ਦਾ ਜੀ ਜਿੱਥੇ ਕਿ ਸਾਰੀ ਏਰੀਏ ਦੇ ਵਿੱਚ ਖਾਸ ਤੌਰ 'ਤੇ ਇਸ ਏਰੀਏ ਵਿੱਚ ਵੀ ਦਾਨਿਸ਼ਮੰਦਾਂ ਵਿੱਚ ਵੀ ਲਗਭਗ 50,000 ਲੋਕ ਇੱਥੇ ਆਲੇ ਦੁਆਲੇ ਰਹਿੰਦੇ ਹੈ ਅਤੇ ਸਾਰਿਆਂ ਦੇ ਵਿੱਚ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਗੰਦਾ ਪਾਣੀ ਆਉਂਦਾ ਹੈ ਜਿਹੜਾ ਪੀਣ ਵਾਲਾ ਅਤੇ ਗੰਦਾ ਪਾਣੀ ਹੈ ਜਿਹੜਾ ਉਹ ਸੰਭਾਲਿਆ ਨਹੀਂ ਜਾ ਰਿਹਾ ਇਸ ਤੋਂ ਇਲਾਵਾ ਸੀਵਰੇਜ ਬੰਦ ਹੈ ਸੜਕਾਂ ਦਾ ਬੁਰਾ ਹਾਲ ਹੈ 2 ਸਾਲ ਦੇ ਵਿੱਚ ਇੱਥੇ ਕੋਈ ਡਿਵੈਲਪਮੈਂਟ ਨਹੀਂ ਹੋਈ 1.5 ਸਾਲ ਤੋਂ ਕਾਰਪੋਰੇਸ਼ਨ ਦੇ ਇਲੈਕਸ਼ਨ ਡਿਊ ਹੈ ਸਰਕਾਰ ਕਰਾ ਨਹੀਂ ਰਹੀ ਸੋ ਅੱਜ ਮੈਂ ਹੁਣੇ ਕਮਿਸ਼ਨਰ ਨੂੰ ਟੈਲੀਫੋਨ ਕੀਤਾ ਜੀ ਕਿ ਆ ਤਾਂ 2 ਦਿਨਾਂ ਦੇ ਵਿੱਚ ਇੱਥੇ ਕੰਮ ਸ਼ੁਰੂ ਕਰੋ ਨਹੀਂ ਮੈਨੂੰ ਆਪ ਆ ਕੇ ਇੱਥੇ ਧਰਨੇ 'ਤੇ ਬੈਠਣਾ ਪਏਗਾ ਅਤੇ ਲੋਕਾਂ ਦੇ ਨਾਲ ਮੈਂ ਖੜਾ ਬਹੁਤ ਧੰਨਵਾਦ ਕੰਮ ਕੀਤਾ ਇਲੈਕਸ਼ਨ 'ਚ ਇਹਨਾਂ ਨੇ ਸਾਡੇ ਨੂੰ ਘਰ ਘਰ ਜਾ ਕੇ ਵੋਟਾਂ ਸਾਰਿਆਂ ਦਾ ਬਹੁਤ ਧੰਨਵਾਦ ਜੀ ਦੀਪਕ ਯਾਦਵ ਜੀ ਹਾਂਜੀ ਇਹ ਰਾਜ ਕੁਮਾਰ ਜੀ ਇਹਨਾਂ ਨੇ ਵੀ ਦਿਨ ਰਾਤ ਕੀਤਾ ਫਿਕਰ ਨਾ ਕਰੋ ਆਪਾਂ ਇਹ ਮਸਲਾ ਹੱਲ ਕਰਾਉਣਾ ਹੈ ਲਓ ਜੀ ਚਰਨਜੀਤ ਚੰਨੀ ਵੱਲੋਂ ਜਿਹੜੀ ਜਿੱਤ ਹੋਊਗੀ ਤੇ ਸਾਡਾ ਜਿਹੜਾ ਕੰਮ ਕੀਤਾ ਜਾਏਗਾ ਲੇਕਿਨ ਹੁਣ ਜਿਹੜੇ ਮੰਡੇ ਵਾਸੀ ਬਿਲਕੁਲ ਆਏ ਆ ਹੁਣ ਗਲੀਆਂ ਹਰ ਸ਼ਿਵਾਜੀ ਨਗਰ ਦੇ ਵਿੱਚ ਮੈਂ ਖੜਾ ਅਤੇ ਇੱਥੋਂ ਦੇ ਲੋਕ ਇਕੱਠੇ ਹੋਏ ਵੇ ਅੱਜ ਸਵੇਰੇ ਵੀ ਇਹਨਾਂ ਨੇ ਪ੍ਰੋਟੈਸਟ ਕੀਤਾ ਅਤੇ ਤੁਸੀਂ ਦੇਖੋ ਕਿ ਪਾਣੀ ਇੱਥੇ ਕਿਸ ਤਰੀਕੇ ਦੇ ਨਾਲ ਗੰਦਾ ਚੱਲ ਰਿਹਾ ਗਲੀਆਂ ਭਰੀਆਂ ਹੋਈਆਂ
ਅਤੇ ਪੀਣ ਵਾਲਾ ਪਾਣੀ ਵੀ ਹੈ ਜਿਹੜਾ ਉਹ ਗੰਦਾ ਆਉਂਦਾ ਅਤੇ ਸੜਕਾਂ ਦਾ ਬੁਰਾ ਹਾਲ ਹੈ। ਮੈਂ ਹੁਣੇ ਕਮਿਸ਼ਨ ਨਾਲ ਗੱਲ ਕੀਤੀ ਹੈ ਕਿ ਜਾਂ ਤਾਂ 2 ਦਿਨਾਂ ਦੇ ਵਿੱਚ ਇੱਥੇ ਯੋਗ ਪ੍ਰਬੰਧ ਕਰਨੇ ਸ਼ੁਰੂ ਕਰੋ, ਨਹੀਂ ਮੈਨੂੰ ਆਪ ਆ ਕੇ ਇੱਥੇ ਗਲੀਆਂ ਦੇ ਵਿੱਚ ਬੈਠਣਾ ਪਏਗਾ ਅਤੇ ਲੋਕਾਂ ਦੇ ਨਾਲ ਪ੍ਰੋਟੈਸਟ ਕਰਕੇ ਤੁਹਾਨੂੰ ਮਜਬੂਰ ਕਰਨਾ ਪਏਗਾ। 2 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, 1.5 ਸਾਲ ਤੋਂ ਕਾਰਪੋਰੇਸ਼ਨ ਇੱਥੇ ਉਹਦੀ ਮਿਆਦ ਖਤਮ ਹੋ ਚੁੱਕੀ, ਦੁਬਾਰੇ ਇਲੈਕਸ਼ਨ ਨਹੀਂ ਕਰਾਏ ਗਏ, ਕੋਈ ਬਾਲੀ ਬਾਰਸ ਨਹੀਂ ਹੈ। ਲੇਕਿਨ ਮੈਂ ਇਸ ਇਲਾਕੇ ਨੂੰ ਇਸ ਤਰ੍ਹਾਂ ਖਰਾਬ ਨਹੀਂ ਹੋਣ ਦੇਣਾ, ਮੈਂ ਆਪ ਆ ਕੇ ਇਸਦਾ ਵਿੱਚ ਰਹਿ ਕੇ ਕੰਮ ਠੀਕ ਕਰਨਾ ਅਤੇ ਜਾਂ ਤਾਂ ਹੁਣ ਸਰਕਾਰ ਇਹਨੂੰ ਠੀਕ ਕਰਨਾ ਸ਼ੁਰੂ ਕਰ ਦੇਗੀ ਜਾਂ ਫਿਰ ਮੈਨੂੰ ਇੱਥੇ ਆ ਕੇ ਕਾਰਵਾਈ ਪਾਉਣੀ ਪਏਗੀ। ਬਹੁਤ ਧੰਨਵਾਦ। ਆਹ ਦੇਖੋ, 2 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜੀ, ਅਤੇ ਤੁਸੀਂ ਇਹ ਦੇਖੋ ਕਿ ਆਹ ਪਾਣੀ ਕਿਸ ਤਰ੍ਹਾਂ ਸ਼ਹਿਰ ਦੇ ਵਿੱਚ ਗਲੀਆਂ ਦੇ ਵਿੱਚ ਚੱਲ ਰਿਹਾ, ਸੀਵਰੇਜ ਬੰਦ ਹੈ, ਇਹ ਬਸਤੀ ਦਾਰਿਸ਼ਮੰਦਾ ਹੈ, ਸੇਵਾ ਜੀ ਨਗਰ ਹੈ ਜਿੱਥੇ ਜਲੰਧਰ ਦਾ ਬੈਸਟ ਹਲਕੇ ਦਾ ਜੀ, ਜਿੱਥੇ ਕਿ ਸਾਰੀ ਏਰੀਏ ਦੇ ਵਿੱਚ ਖਾਸ ਤੌਰ 'ਤੇ ਇਸ ਏਰੀਏ ਵਿੱਚ ਵੀ ਦਾਨਿਸ਼ਮੰਦਾਂ ਵਿੱਚ ਵੀ ਲਗਭਗ 50,000 ਲੋਕ ਇੱਥੇ ਆਲੇ ਦੁਆਲੇ ਰਹਿੰਦੇ ਹੈ ਅਤੇ ਸਾਰਿਆਂ ਦੇ ਵਿੱਚ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ, ਗੰਦਾ ਪਾਣੀ ਆਉਂਦਾ ਹੈ ਜਿਹੜਾ ਪੀਣ ਵਾਲਾ, ਅਤੇ ਗੰਦਾ ਪਾਣੀ ਹੈ ਜਿਹੜਾ ਉਹ ਸੰਭਾਲਿਆ ਨਹੀਂ ਜਾ ਰਿਹਾ। ਇਸ ਤੋਂ ਇਲਾਵਾ ਸੀਵਰੇਜ ਬੰਦ ਹੈ, ਸੜਕਾਂ ਦਾ ਬੁਰਾ ਹਾਲ ਹੈ, 2 ਸਾਲ ਦੇ ਵਿੱਚ ਇੱਥੇ ਕੋਈ ਡਿਵੈਲਪਮੈਂਟ ਨਹੀਂ ਹੋਈ, 1.5 ਸਾਲ ਤੋਂ ਕਾਰਪੋਰੇਸ਼ਨ ਦੇ ਇਲੈਕਸ਼ਨ ਡਿਊ ਹੈ, ਸਰਕਾਰ ਕਰਾ ਨਹੀਂ ਰਹੀ। ਸੋ ਅੱਜ ਮੈਂ ਹੁਣੇ ਕਮਿਸ਼ਨਰ ਨੂੰ ਟੈਲੀਫੋਨ ਕੀਤਾ ਜੀ ਕਿ ਆ ਤਾਂ 2 ਦਿਨਾਂ ਦੇ ਵਿੱਚ ਇੱਥੇ ਕੰਮ ਸ਼ੁਰੂ ਕਰੋ, ਨਹੀਂ ਮੈਨੂੰ ਆਪ ਆ ਕੇ ਇੱਥੇ ਧਰਨੇ 'ਤੇ ਬੈਠਣਾ ਪਏਗਾ ਅਤੇ ਲੋਕਾਂ ਦੇ ਨਾਲ ਮੈਂ ਖੜਾਂਗਾ। ਬਹੁਤ ਧੰਨਵਾਦ।